ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਆਲ ਆਫ ਯੂ। ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਰਾਜੇ, ਅੱਜ ਆਪਾਂ 20 ਕੁਸ਼ਚਨ ਵਨ ਲਾਈਨਰ ਰੂਪ 'ਚ ਕਰਕੇ ਜਾਵਾਂਗੇ। ਕਿੰਨੇ ਕੁਸ਼ਚਨ? 20 ਕੁਸ਼ਚਨ ਕਰਾਂਗੇ। ਇਹ ਆਪਣਾ ਸੈਸ਼ਨ ਨੰਬਰ ਅੱਜ 18 ਹੈ। ਇਸ ਤੋਂ ਪਹਿਲਾਂ ਮੈਂ 17 ਸੈਸ਼ਨ ਲਗਾ ਚੁੱਕਿਆ। ਜਿਹੜੇ ਬੱਚੇ ਨੇ ਨਹੀਂ ਦੇਖੇ, ਉਹ ਇੱਕ ਵਾਰ 17 ਸੈਸ਼ਨ ਦੀ ਪਲੇਲਿਸਟ ਬਣੀ ਪਈ ਹੈ ਟੈਟ ਬਜਰ ਅਕੈਡਮੀ ਦੇ ਯੂਟਿਊਬ ਚੈਨਲ 'ਤੇ, ਉਹ ਲਗਾਉਣਾ ਨਾ ਭੁੱਲਣਾ। ਅਤੇ ਆਪਣੇ ਬਾਕੀ ਸਾਥੀਆਂ ਤੱਕ ਵੀ ਕਲਾਸ ਨੂੰ ਜਿਹੜਾ ਸ਼ੇਅਰ ਕਰਨਾ ਨਾ ਭੁੱਲਣਾ। ਕਰਦੇ ਹਾਂ ਪਹਿਲੇ ਜਿਹੜਾ ਆਪਣਾ ਕੁਸ਼ਚਨ ਤੋਂ ਸ਼ੁਰੂਆਤ। ਰਾਜ ਦਾ ਅਰਥ ਕੀ ਹੈ? ਵਟ ਇਜ਼ ਦਾ ਮੀਨਿੰਗ ਆਫ ਏ ਸਟੇਟ? ਰਾਜੇ, ਰਾਜ ਦਾ ਅਰਥ ਕੀ ਹੈ? ਰਾਜ ਇੱਕ ਰਾਜਨੀਤਿਕ ਸੰਸਥਾ ਹੈ ਜੋ ਇੱਕ ਨਿਸ਼ਚਿਤ ਖੇਤਰ ਵਿੱਚ ਰਹਿਣ ਵਾਲੇ ਪ੍ਰਭੂ ਸੱਤਾ ਸੰਪੰਨ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਰਾਜ ਕੀ ਹੈ? ਇੱਕ ਰਾਜਨੀਤਿਕ ਸੰਸਥਾ ਹੈ। ਕਿਹੜੀ ਸੰਸਥਾ ਹੈ? ਰਾਜਨੀਤਿਕ ਸੰਸਥਾ ਹੈ ਰਾਜ। ਓਕੇ ਬੱਚੇ, ਰਾਜਨੀਤਿਕ ਸੰਸਥਾ ਹੈ ਰਾਜ, ਪਹਿਲਾ ਕੁਸ਼ਚਨ। ਸੈਕਿੰਡ ਕੁਸ਼ਚਨ, ਭਾਰਤੀ ਸੰਵਿਧਾਨ ਦੀ ਅੰਤਰ ਆਤਮਾ ਕਿਹਨੂੰ ਕਿਹਾ ਜਾਂਦਾ ਹੈ? ਫੰਡਾਮੈਂਟਲ ਰਾਈਟ ਨੂੰ ਕਿਹਾ ਜਾਂਦਾ ਹੈ ਜੋ 12 ਤੋਂ ਲੈ ਕੇ 35 ਤੱਕ ਹੈ, ਅਤੇ ਨਾਗਰਿਕਾਂ ਨੂੰ ਜੋ ਪ੍ਰਾਪਤ ਹੈ ਉਹ 12 ਤੋਂ ਲੈ ਕੇ 32 ਤੱਕ ਹੈ। ਓਕੇ ਰਾਜੇ, ਇਹ ਤੁਸੀਂ ਯਾਦ ਰੱਖਣਾ। ਜਿਵੇਂ ਰਾਜੇ 12 ਆਰਟੀਕਲ ਕਾਨੂੰਨ, ਸੋਰੀ ਰਾਜ, 13 ਕਾਨੂੰਨ, 14 ਸਮਾਨਤਾ, 15 ਭੇਦਭਾਵ, 16 ਅਵਸਰ, 17 ਛੂਆ ਛੁਆਤ, 18 ਪਦਵੀ ਦਾ ਅੰਤ, 19 ਜਿਹੜਾ ਸੁਤੰਤਰਤਾਵਾਂ, 20 ਮਾਹ ਆਪਣੇ ਦੋ ਸਿੱਧੀ, 21ਵਾਂ ਜੀਵਨ ਦਾ, ਅਤੇ 22ਵਾਂ ਜਿਹਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਕੁਛ ਆਪਣੇ ਗ੍ਰਿਫਤਾਰੀ ਰਿਲੇਟਿਵ ਪ੍ਰਾਵਧਾਨ ਹੈ ਜਿਹੜਾ 24 ਘੰਟਿਆਂ 'ਚ, ਅਤੇ ਵਕੀਲ ਤੋਂ ਸਹਾਇਤਾ ਲੈਣ ਦਾ 23 ਕੀ ਹੈ, ਮਨੁੱਖੀ ਵਪਾਰ 'ਤੇ ਰੋਕ ਹੈ ਜਿਹਦੇ ਵਿੱਚ ਵੰਗਾਰ ਪ੍ਰਾਥਾ ਅਤੇ ਇਹ ਸਭ ਕੁਛ 'ਤੇ ਰੋਕ ਲਗਾਈ ਗਈ ਹੈ, 24 ਕੀ ਹੈ, 6 ਤੋਂ 14 ਸਾਲ ਤੱਕ ਦੇ ਬੱਚੇ ਜਿਹੜਾ ਕਾਰਖਾਨੇ 'ਚ ਕੰਮ ਨਹੀਂ ਕਰਵਾ ਸਕਦੇ, 25 ਧਰਮ ਨੂੰ ਮੰਨਣ ਪ੍ਰਚਾਰ ਪ੍ਰਸਾਰ ਕਰਨ ਦਾ ਅਧਿਕਾਰ ਹੈ, 26 ਜਿਹੜੀਆਂ ਧਾਰਮਿਕ ਸਥਾਨਾਂ, ਅਤੇ 27 ਜਿਹੜਾ ਆਪਾਂ ਚੰਦਾ ਵਗੈਰਾ ਜਿਹੜਾ ਕਰ ਟੈਕਸ ਕਰਦੇ ਹਾਂ ਧਾਰਮਿਕ ਰਿਲੇਟਿਡ, ਜਿਹੜਾ ਉਹਦੇ 'ਤੇ ਕੋਈ ਟੈਕਸ ਦਾ ਪ੍ਰਾਵਧਾਨ ਨਹੀਂ ਹੈ। 28 ਦੇ ਵਿੱਚ ਹੈ ਆਪਾਂ ਕਿਸੇ ਵੀ ਐਜੂਕੇਸ਼ਨਲ ਸੰਸਥਾਨ ਦੇ ਵਿੱਚ ਜਿਹੜੀ ਕੀ ਹੈ ਧਰਮ ਰਿਲੇਟਿਡ, ਆਪਾਂ ਜਿਹੜੀ ਕੋਈ ਵੀ ਜਿਹੜੀ ਆਪਾਂ ਧਰਮ ਦੀ ਸਿੱਖਿਆ ਨਹੀਂ ਦੇ ਸਕਦੇ। 29 ਅਲਪਸੰਖਿਅਕ ਲਿਪੀ ਭਾਸ਼ਾ ਸੱਭਿਆਚਾਰ ਹੈ, 33 ਉਹਨਾਂ ਦੇ ਧਾਰਮਿਕ ਅਦਾਰਿਆਂ ਵਿੱਦਿਅਕ ਸੰਸਥਾਨ ਹੈ, 21 ਨੂੰ ਆਪਾਂ 44ਵਾਂ ਸੰਵਿਧਾਨ ਸੰਸ਼ੋਧਨ ਦੁਆਰਾ ਹਟਾਤਾ, ਅਤੇ 22 ਦੇ ਵਿੱਚ ਰਾਜੇ ਸੋਰੀ 32 ਦੇ ਵਿੱਚ ਸੰਵਿਧਾਨਿਕ ਉਪਚਾਰ ਹੈ, ਆਪਣੇ ਅਗਰ ਮੌਲਿਕ ਅਧਿਕਾਰਾਂ ਦਾ ਹਨਨ ਹੁੰਦਾ ਆਪਾਂ ਕੋਰਟ ਜਾ ਸਕਦੇ ਹਾਂ, 33 ਤੋਂ 35 ਤੱਕ ਜਿਹੜੇ ਰਾਜੇ ਫੌਜੀਆਂ ਨੂੰ ਜਿਹੜੇ ਅਧਿਕਾਰ ਹੈ ਮਿਲੇ ਹੋਏ ਆ, ਜਿਹਨਾਂ ਨੂੰ ਆਪਾਂ ਜਿਹਦੇ ਵਿੱਚ ਆਪਾਂ ਮਾਰਸ਼ਲ ਲਾਅ ਦੀ ਵੀ ਗੱਲ ਕਰਦੇ ਹਾਂ, ਉਹ ਆਪਣੇ ਕੋਲ 32 ਤੋਂ 35 ਤੱਕ। ਓਕੇ ਬੱਚੇ, ਚਲੋ ਜੀ 13 ਮੌਲਿਕ ਅਧਿਕਾਰਾਂ ਬਾਰੇ ਅੰਬੇਦਕਰ ਨੇ ਕੀ ਕਿਹਾ ਸੀ? ਬੜੇ ਧਿਆਨ ਨਾਲ ਪੜਿਆ ਸੀ, ਉਹਨਾਂ ਦਾ ਉਦੇਸ਼ ਦੋਹਰਾ ਹੈ। ਕਿਹਨੇ ਕਿਹਾ ਸੀਗਾ? ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਕਿ ਮੌਲਿਕ ਅਧਿਕਾਰਾਂ ਦਾ ਉਦੇਸ਼ ਦੋਹਰਾ ਹੈ। ਪਹਿਲਾ, ਹਰ ਨਾਗਰਿਕ ਨੂੰ ਅਜਿਹੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਕਿ ਉਹ ਉਹਨਾਂ ਅਧਿਕਾਰਾਂ ਦਾ ਦਾਅਵਾ ਕਰ ਸਕੇ। ਦੂਜਾ, ਇਹ ਅਧਿਕਾਰ ਕਾਨੂੰਨ ਦੁਆਰਾ ਨਿਯੰਤਰਿਤ ਹਰ ਸ਼ਕਤੀ ਅਤੇ ਸੰਸਥਾ ਲਈ ਪਾਬੰਦ ਹੋਣੇ ਚਾਹੀਦੇ ਹੈ, ਅਤੇ ਜਿਨ੍ਹਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਬੱਚੇ, ਬਹੁਤ ਜ਼ਬਰਦਸਤ ਕੁਸਚਨ ਹੈ। ਦੇਖੋ ਮੈਂ ਸਲਾਈਡ ਤੋਂ ਸਾਈਡ ਹੋ ਗਿਆ, ਇਹਨੂੰ ਧਿਆਨ ਨਾਲ ਨੋਟ ਡਾਊਨ ਕਰ ਲਾਂ ਆਪਣੀ ਨੋਟਬੁੱਕ 'ਤੇ। ਓਕੇ ਬੱਚੇ, ਕੁਸਚਨ ਨੰਬਰ 13। 14 ਨੰਬਰ ਕੁਸਚਨ ਦੇਖੋ, ਭਾਰਤੀ ਸੰਵਿਧਾਨ ਨੇ ਸਾਨੂੰ ਕਿਹੜੇ ਮੌਲਿਕ ਅਧਿਕਾਰ ਦਿੱਤੇ ਹਨ? ਦੇਖੋ ਰਾਜੇ, ਭਾਰਤੀ ਸੰਵਿਧਾਨ ਨੇ ਆਪਾਂ ਨੂੰ ਆਹ ਮੌਲਿਕ ਅਧਿਕਾਰ, ਸਮਾਨਤਾ ਦੇ ਅਧਿਕਾਰ ਰਾਜੇ 14 ਤੋਂ ਲੈ ਕੇ 18 ਤੱਕ ਦਿੱਤਾ। ਆਜ਼ਾਦੀ ਦਾ ਅਧਿਕਾਰ ਜਿਹੜਾ 19 ਤੋਂ ਲੈ ਕੇ ਆਪਣੇ ਕੋਲ 22 ਤੱਕ ਹੈ। ਸ਼ੋਸ਼ਣ ਦੇ ਵਿਰੁੱਧ ਆਰਟੀਕਲ 23 ਅਤੇ 24 ਹੈ, ਠੀਕ ਹੈ ਜੀ। ਧਾਰਮਿਕ 25 ਤੋਂ ਲੈ ਕੇ ਆਪਣੇ ਕੋਲ 28 ਤੱਕ ਹੈ। ਸੱਭਿਆਚਾਰ ਆਪਣੇ ਕੋਲ 29-30 ਹੈ, ਅਤੇ ਰਾਜੇ
ਉਸ ਤੋਂ ਬਾਅਦ ਸੰਵਿਧਾਨਿਕ ਵਿਚਾਰਾਂ ਦਾ ਆਰਟੀਕਲ 32 ਹੈ। ਰਾਜੇ ਮੂਲ ਸੰਵਿਧਾਨ ਦੇ ਵਿੱਚ 7 ਸੀਗੇ, 44ਵੇਂ ਅਮੈਂਡਮੈਂਟ 1978 ਤੋਂ ਬਾਅਦ ਹੁਣ ਆਪਣੇ ਕੋਲ ਕਿੰਨੇ ਰਹਿ ਗਏ ਰਾਜੇ, ਹੁਣ ਆਪਣੇ ਕੋਲ 6 ਰਹਿ ਗਏ। ਓਕੇ ਜੀ, ਕੁਐਸਚਨ ਨੰਬਰ 15, ਆਜ਼ਾਦੀ ਦਾ ਅਧਿਕਾਰ ਸਾਨੂੰ ਕਿਹੜੇ ਅਧਿਕਾਰ ਦਿੰਦਾ ਰਾਜੇ? ਆਹ ਦੇਖੋ ਆਰਟੀਕਲ 19, ਆਜ਼ਾਦੀ ਦਾ ਸੁਤੰਤਰਤਾ ਦਾ ਅਧਿਕਾਰ, ਪ੍ਰਗਟਾਵੇ ਅਤੇ ਭਾਸ਼ਣ ਦੀ ਸੁਤੰਤਰਤਾ ਰਾਜੇ। ਓਕੇ ਜੀ, ਐਕਸਪ੍ਰੈਸ਼ਨ ਐਂਡ ਸਪੀਚ, ਬੈਠਕ ਅਤੇ ਸੰਘ ਬਣਾਉਣ ਦੀ ਸੁਤੰਤਰਤਾ, ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਉਣ ਜਾਣ ਦੀ ਅਤੇ ਰਹਿਣ ਦਾ ਕੋਈ ਕਾਰੋਬਾਰ ਕਰਨ ਦੀ ਸੁਤੰਤਰਤਾ। ਓਕੇ ਬੱਚੇ, ਇਹ ਆਰਟੀਕਲ 19 ਹੈ, ਦੇਖ ਲਓ ਰਾਜੇ, ਸਾਈਡ ਹੋ ਗਿਆ, ਇਸ ਕੁਐਸਚਨ ਨੂੰ ਧਿਆਨ ਨਾਲ ਦੇਖ ਲਓ। ਓਕੇ ਚਲੋ ਜੀ, ਨੈਕਸਟ ਕੁਐਸਚਨ ਰਾਜੇ। ਹਾਂਜੀ ਬੱਚੇ, ਨੈਕਸਟ ਕੁਐਸਚਨ ਦੇਖੋ। ਹਾਂਜੀ, ਕੁਐਸਚਨ ਨੰਬਰ, ਜੋ ਆਪਣਾ ਸੈਸ਼ਨ ਰਾਜੇ 18 ਚੱਲ ਰਿਹਾ ਹੈ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੇ ਤਹਿਤ ਕਿਸ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਜ਼ਦੂਰੀ ਵਜੋਂ ਕੰਮ 'ਤੇ ਰੱਖਣਾ ਅਪਰਾਧ ਮੰਨਿਆ ਜਾਂਦਾ ਹੈ? ਸ਼ੋਸ਼ਣ ਦੇ ਵਿਰੁੱਧ ਕਿੰਨੇ ਤੋਂ ਕਿੰਨੇ ਸਾਲ ਤੱਕ? ਤਾਂ ਰਾਜੇ ਦਾ ਰਾਈਟ ਆਂਸਰ ਕੀ ਹੈ, 14 ਸਾਲ ਤੱਕ ਦੇ ਬੱਚਿਆਂ ਨੂੰ ਜਿਹੜਾ ਕੀ ਹੈ, ਕਿਹੜਾ ਅਧਿਕਾਰ ਸਾਨੂੰ ਆਪਣੇ ਸੱਭਿਆਚਾਰ ਦੀ ਰੱਖਿਆ ਅਤੇ ਵਿਕਾਸ ਲਈ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹਣ ਦਾ ਅਧਿਕਾਰ ਦਿੰਦਾ ਹੈ? ਸੱਭਿਆਚਾਰ ਅਤੇ ਵਿਦਿਅਕ ਅਧਿਕਾਰ ਆਰਟੀਕਲ 29 ਤੋਂ 30, ਆਰਟੀਕਲ 29 ਤੋਂ 30 ਹੈ ਜਿਹੜਾ ਸਾਨੂੰ ਅਧਿਕਾਰ ਦਿੰਦਾ ਹੈ, ਇਹ ਤੁਸੀਂ ਯਾਦ ਰੱਖਣਾ ਬੱਚੇ, ਆਰਟੀਕਲ 29 ਤੋਂ 30। ਜੇਕਰ ਕੋਈ ਨਾਗਰਿਕ ਮਹਿਸੂਸ ਕਰਦਾ ਹੈ ਕਿ ਰਾਜ ਦੁਆਰਾ ਉਸਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਉਹ ਕੀ ਕਰ ਸਕਦਾ ਹੈ? ਵਟ ਕੈਨ ਦਾ ਸਿਟੀਜ਼ਨ ਟੂ ਇਨ ਦਾ ਫੀਲ ਦੈਟ ਹਿਜ ਏ ਫੰਡਾਮੈਂਟਲ ਰਾਈਟ ਹੈਵ ਟੂ ਬੀਨ ਦਾ ਵੋਲੇਟਿਡ ਬਾਈ ਦਾ ਸਟੇਟ? ਤਾਂ ਰਾਜੇ ਕਾਰਜਪਾਲਿਕਾ ਕੋਲ ਜਾ ਸਕਦਾ ਹੈ। ਜੇਕਰ ਕੋਈ ਨਾਗਰਿਕ ਮਹਿਸੂਸ ਕਰਦਾ ਹੈ ਕਿ ਰਾਜ ਦੁਆਰਾ ਉਸਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਤਾਂ ਉਹ ਕੀ ਕਰ ਸਕਦਾ ਹੈ? ਰਾਜੇ ਕਾਰਜਪਾਲਿਕਾ ਨਹੀਂ ਹੈ, ਇੱਥੇ ਥੋੜ੍ਹੀ ਮਿਸਟੇਕ ਹੈ, ਤੁਸੀਂ ਲਿਖਣਾ ਰਾਜੇ, ਇਹਦਾ ਰਾਈਟ ਆਂਸਰ ਹੈ ਨਿਆਂਪਾਲਿਕਾ ਜਾ ਸਕਦਾ ਹੈ। ਅਤੇ ਨਿਆਂਪਾਲਿਕਾ ਦੇ ਵਿੱਚ ਵੀ ਰਾਜੇ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਵਾਂ ਵਿੱਚ ਜਾ ਸਕਦਾ ਹੈ। ਓਕੇ ਰਾਜੇ, ਕਿੱਥੇ ਕਿੱਥੇ ਜਾ ਸਕਦਾ ਹੈ? ਤਾਂ ਬੱਚੇ ਯਾਦ ਰੱਖਣਾ, ਸੁਪਰੀਮ ਕੋਰਟ ਵੀ ਜਾ ਸਕਦਾ ਹੈ, ਹਾਈ ਕੋਰਟ ਵੀ ਜਾ ਸਕਦਾ ਹੈ। ਸੁਪਰੀਮ ਕੋਰਟ ਰਾਜੇ ਆਰਟੀਕਲ 32 ਅਤੇ ਹਾਈ ਕੋਰਟ ਆਰਟੀਕਲ 226। ਓਕੇ ਰਾਜੇ, ਹਾਂਜੀ ਇਹ ਤੁਸੀਂ ਯਾਦ ਰੱਖਣਾ ਹੈ। ਚਲੋ ਜੀ, ਨੈਕਸਟ ਕੁਐਸਚਨ ਦੇਖੋ ਰਾਜੇ, ਨੈਕਸਟ ਕੁਐਸਚਨ, ਜਿਸ ਰਾਜ ਦਾ ਅਧਿਕਾਰੀ ਤੌਰ 'ਤੇ ਕੋਈ ਧਰਮ ਨਹੀਂ ਹੁੰਦਾ ਉਸਨੂੰ ਕੀ ਕਿਹਾ ਜਾਂਦਾ ਹੈ? ਜਿਸ ਰਾਜ ਦਾ ਕੋਈ ਧਰਮ ਨਹੀਂ ਹੁੰਦਾ ਉਹਨੂੰ ਆਪਾਂ ਬੱਚੇ ਕੀ ਬੋਲਦੇ ਹਾਂ? ਉਹਨੂੰ ਡੀਅਰ ਸਟੂਡੈਂਟ ਆਪਾਂ ਕਹਿੰਦੇ ਹਾਂ ਧਰਮ ਸੈਕੂਲਰ ਸਟੇਟ, ਧਰਮ ਨਿਰਪੱਖ ਰਾਜ। ਰਾਜੇ ਭਾਰਤ ਦੇਸ਼ ਆਪਣਾ ਕੋਈ ਵੀ ਦੇਸ਼ ਦਾ ਧਰਮ ਨਹੀਂ ਹੈ, ਕਿਸੇ ਇੱਕ ਧਰਮ ਨੂੰ ਬੜਾਵਾ ਨਹੀਂ ਦਿੰਦਾ। ਓਕੇ ਰਾਜੇ, ਕਿਸੇ ਇੱਕ ਧਰਮ ਨੂੰ ਪਹਿਲ ਨਹੀਂ ਦਿੰਦਾ ਅਤੇ ਰਾਜੇ ਕਿਸੇ ਨੂੰ ਵੀ ਜ਼ਬਰਦਸਤੀ ਧਰਮ ਮੰਨਣ ਲਈ ਆਪਣਾ ਦੇਸ਼ ਮਜਬੂਰ ਨਹੀਂ ਕਰਦਾ ਗਾ। ਇਹ ਗੱਲ ਯਾਦ ਰੱਖਿਓ ਕਿ ਆਪਣਾ ਦੇਸ਼ ਕੀ ਹੈ, ਇੱਕ ਧਰਮ ਨਿਰਪੱਖ ਦੇਸ਼ ਹੈ। ਓਕੇ ਰਾਜੇ, ਅਤੇ ਰਾਜੇ ਪੀ ਐੱਸ ਟੈਟ ਦੇ ਲਈ ਰੈਪਿਡ ਬੈਚ 17 ਅਕਤੂਬਰ 2024 ਤੋਂ ਸ਼ੁਰੂ ਹੋਇਆ ਹੈ, ਐਕਸਪਾਇਰੀ ਡੇਟ 5 ਦਸੰਬਰ 2024 ਹੈ। ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ 'ਤੇ ਕਦੋਂ ਸਾਈਨ ਕੀਤੇ ਸੀ? ਰਾਜੇ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ 'ਤੇ ਕਦੋਂ ਸਾਈਨ ਕੀਤੇ ਸੀ? 24 ਜਨਵਰੀ 1950 ਨੂੰ। ਕਿਹੜੇ ਅਧਿਵੇਸ਼ਨ ਦੇ ਵਿੱਚ ਰਾਜੇ? ਤਾਂ 12 ਆਪਣੇ 12ਵਾਂ ਅਧਿਵੇਸ਼ਨ ਸੀਗਾ, ਜਦੋਂ ਰਾਜੇ ਦੇਸ਼ ਦੇ ਰਾਸ਼ਟਰਪਤੀ ਕੌਣ ਬਣੇ? ਦੇਸ਼ ਦੇ ਰਾਸ਼ਟਰਪਤੀ ਬਣੇ ਰਾਜਿੰਦਰ ਪ੍ਰਸਾਦ। ਓਕੇ ਬੱਚੇ, ਰਾਜਿੰਦਰ ਪ੍ਰਸਾਦ ਕੀ ਬਣੇ? ਦੇਸ਼ ਦੇ ਰਾਸ਼ਟਰਪਤੀ ਬਣੇ ਸੀਗੇ।
ਮੌਲਿਕ ਅਧਿਕਾਰਾਂ ਤੋਂ ਇਲਾਵਾ ਸੰਵਿਧਾਨ ਵਿੱਚ ਆਮ ਆਦਮੀ ਲਈ ਹੋਰ ਕਿਹੜੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ? ਦੱਸੋ ਰਾਜੇ, ਮੌਲਿਕ ਅਧਿਕਾਰਾਂ ਤੋਂ ਇਲਾਵਾ ਕਿਹੜੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ? ਤਾਂ ਮੌਲਿਕ ਕਰਤੱਵ ਦਾ ਕੀਤਾ ਗਿਆ ਹੈ। ਮੌਲਿਕ ਕਰਤੱਵ ਕਦੋਂ ਜੋੜੇ ਗਏ ਰਾਜੇ ਸੰਵਿਧਾਨ ਵਿੱਚ? ਤਾਂ ਯਾਦ ਰੱਖਿਆ ਜੇ, ਆਰਟੀਕਲ 51 ਏ ਦੇ ਵਿੱਚ ਜੋੜੇ ਗਏ ਜੇ। ਓਕੇ ਰਾਜੇ, ਸਵਰਨ ਸਿੰਘ ਸਮਿਤੀ, ਸਵਰਨ ਸਿੰਘ ਸਮਿਤੀ ਦੁਆਰਾ ਜੋੜੇ ਗਏ, ਸਵਰਨ ਸਿੰਘ ਸਮਿਤੀ ਸਮਿਤੀ ਦੁਆਰਾ ਜੋੜੇ ਗਏ। ਅਤੇ ਰਾਜੇ 1976 ਦੇ ਵਿੱਚ ਜਿਹੜੇ ਆਪਣੇ 10 ਐਡ ਕੀਤੇ, ਓਕੇ, ਅਤੇ 11 ਐਡ ਕੀਤਾ, ਆਹ ਕੀਤਾ ਸੀ 42 ਸੋਧ ਦੁਆਰਾ, ਅਤੇ 11 ਐਡ ਕੀਤੇ ਸੀ ਬੱਚੇ ਆਪਾਂ, 11 ਐਡ ਕੀਤਾ ਸੀ 2002 ਦੇ ਵਿੱਚ 86 ਸੋਧ ਦੁਆਰਾ, ਇੱਕ ਜੋੜਿਆ ਇਹ ਟੋਟਲ 11 ਹੈ। 86 ਸੋਧ ਦੁਆਰਾ ਦੋ ਸੰਵਿਧਾਨ ਸੰਸ਼ੋਧਨ ਕੀਤੇ ਆ, 42 ਅਤੇ 86 ਟੋਟਲ। 1976 ਵਿੱਚ ਆਪਾਂ 10 ਐਡ ਕਰ ਲਏ, ਇਹ ਮੂਲ ਸੰਵਿਧਾਨ ਦਾ ਭਾਗ ਨਹੀਂ ਸੀਗੇ ਰਾਜੇ, ਮੂਲ ਸੰਵਿਧਾਨ ਦਾ ਭਾਗ ਨਹੀਂ ਸੀਗੇ। ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰਾਂ ਦਾ ਜ਼ਿਕਰ ਹੈ? ਦੇਖੋ ਰਾਜੇ, 6 ਹੈ। ਮੂਲ ਸੰਵਿਧਾਨ ਵਿੱਚ ਕਿੰਨੇ ਸੀਗੇ? 7 ਸੀਗੇ, ਮੂਲ ਸੰਵਿਧਾਨ ਵਿੱਚ 7 ਸੀਗੇ। ਅਤੇ ਆਪਾਂ 31 ਨੂੰ ਹਟਾ ਕੇ ਕਿਹੜੀ ਅਮੈਂਡਮੈਂਟ, 24ਵੇਂ ਸੰਵਿਧਾਨ ਸੰਸ਼ੋਧਨ 1938 ਦੁਆਰਾ ਸੰਪੱਤੀ ਦੇ ਅਧਿਕਾਰ ਨੂੰ ਖਤਮ ਕਰਕੇ ਆਪਾਂ ਇੱਕ ਕਾਨੂੰਨੀ ਅਧਿਕਾਰ, ਆਪਾਂ ਇੱਕ ਕੀ ਬਣਾਤਾ, ਕਾਨੂੰਨੀ ਅਧਿਕਾਰ, ਆਪਾਂ ਵਿਧਿਕ ਅਧਿਕਾਰ ਬਣਾਤਾ ਰਾਜੇ। ਆਰਟੀਕਲ ਕਿਹੜਾ ਆ ਜੋ 300A ਰਾਜੇ, ਜਿਹਦੇ ਪਿੱਛੇ ਏ ਲੱਗਿਆ ਹੋਵੇ, ਜਿਵੇਂ 21A ਆ ਐਜੂਕੇਸ਼ਨ, ਠੀਕ ਹੈ ਜੀ, 48A ਆ ਜਿਹੜੀ ਵਾਤਾਵਰਨ ਦੀ ਸੁਰੱਖਿਆ ਦੀ ਗੱਲ ਕਰਦਾ ਹੈ, ਓਕੇ, ਇਹ ਸਾਰੇ ਦੀ ਸਾਰੇ ਰਾਜੇ ਬਾਅਦ 'ਚ ਜੋੜੇ ਗਏ ਹੈ। ਬਾਲ ਮਜ਼ਦੂਰੀ ਦੀ ਮਨਾਹੀ ਕਿਸ ਮੌਲਿਕ ਅਧਿਕਾਰ ਅਧੀਨ ਆਉਂਦੀ ਹੈ? ਇਹਦਾ ਬੱਚੇ ਆਂਸਰ ਕਰੋ। ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਆਇਆ ਕਿ 20 ਕੁਐਸਚਨ ਪਹਿਲਾਂ ਕਰਕੇ ਜਾਵਾਂਗੇ ਰਾਜੇ। ਕਿੰਨੇ ਕੁਐਸਚਨ? 20 ਕੁਐਸਚਨ ਆਪਣੇ ਰਹਿਣਗੇ। ਅੱਗੇ 10 ਕੁਐਸਚਨ ਹੁੰਦੇ ਸੀ, ਹੁਣ ਆਪਾਂ ਕੁਐਸਚਨਾਂ ਦੀ ਜਿਹੜੀ ਗਿਣਤੀ ਉਹ ਵਧਾ ਦਿੱਤੀ ਹੈ ਬੱਚੇ। ਬਾਲ ਮਜ਼ਦੂਰੀ ਦੀ ਮਨਾਹੀ ਕਿਸ ਮੌਲਿਕ ਅਧਿਕਾਰ ਅਧੀਨ ਆਉਂਦੀ ਹੈ? ਤਾਂ ਸ਼ੋਸ਼ਣ ਦੇ ਵਿਰੁੱਧ, ਓਕੇ ਰਾਜੇ, ਸ਼ੋਸ਼ਣ ਦੇ ਅਧਿਕਾਰ ਵਿਰੁੱਧ। ਹਾਂਜੀ, ਫੇਰ ਦਿੱਤੇ ਸਕੂਲਾਂ ਵਿੱਚ ਕਿਹੜੇ ਸਕੂਲ ਸਵੇਰ ਦੀ ਪ੍ਰਾਰਥਨਾ ਜਾਂ ਧਾਰਮਿਕ ਸਮਾਗਮਾਂ ਰਾਹੀਂ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ? ਉਹ ਕਿਹੜੀ ਆ? ਵਿਚ ਆਫ ਦਾ ਫੋਲੋਇੰਗ ਸਕੂਲ ਕੈਨੋਟ ਪ੍ਰਮੋਟ ਐਨੀ ਰਿਲੀਜਨ ਥਰੂ ਦਾ ਮੋਰਨਿੰਗ ਪ੍ਰੇਅਰ ਰਿਲੀਜਨ ਦਾ ਸੈਰੇਮਨੀ। ਦੇਖੋ ਰਾਜੇ, ਕਿਹੜੇ ਸਕੂਲ ਆ ਜਿੱਥੇ ਆਪਾਂ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ? ਪੀਐਸ ਟੈਟ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ। ਦੇਖੋ ਰਾਜੇ, ਨਿੱਜੀ ਅਤੇ ਸਰਕਾਰੀ ਦੋਵਾਂ ਸਕੂਲਾਂ ਦੇ ਵਿੱਚ ਕੀ ਆ ਜਿਹੜਾ ਆਪਾਂ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ? ਓਕੇ ਬੱਚੇ, ਇਹ ਤੁਸੀਂ ਯਾਦ ਰੱਖਣਾ। ਜਰਮਨ ਵਿੱਚ ਹਿਟਲਰ ਨੇ ਕਿਸ ਤੇ ਅਤਿਆਚਾਰ ਕੀਤੇ ਸੀ ਰਾਜੇ? ਦੇਖੋ, ਜਰਮਨ ਦੇ ਵਿੱਚ ਹਿਟਲਰ ਨੇ ਜਿਹੜਾ ਕੀ ਸੀਗਾ, ਲੋਕਾਂ ਤੋਂ ਧਰਮ ਪਰਿਵਰਤਨ ਕਰਾਉਣ ਦੇ ਲਈ ਸੀਗਾ, ਇਹ ਬਹੁਤ ਜ਼ਬਰਦਸਤ ਫੈਕਟ ਹੈ, ਯਹੂਦੀਆਂ ਤੇ ਕੀ ਕੀਤੇ ਸੀ ਰਾਜੇ, ਇਹਨੇ ਅਤਿਆਚਾਰ ਕੀਤੇ ਸੀ। ਕਿਹਨੇ? ਹਿਟਲਰ ਨੇ। ਓਕੇ ਡੀਅਰ, ਕਿਹਨੇ ਕੀਤੇ ਸੀ? ਹਿਟਲਰ ਨੇ। ਇਹਨੂੰ ਮੋਸਟ ਅਪੁਆਇੰਟਡ ਲਗਾ ਕੇ ਲਿਖਿਓ, ਕੀ ਲਗਾ ਕੇ ਲਿਖਿਓ? ਮੋਸਟ ਅਪੁਆਇੰਟਡ। ਓਕੇ ਡੀਅਰ, ਚਲੋ ਜੀ ਨੈਕਸਟ। ਹਿਟਲਰ ਨੇ ਕਿਸ ਆਧਾਰ ਤੇ ਯਹੂਦੀਆਂ ਤੇ ਜਨਮ ਕੀਤੇ? ਤਾਂ ਰਾਜੇ, ਕਿਸ ਕਿਹੜਾ ਬੇਸ ਸੀ ਉਹਦਾ? ਧਰਮ ਦੇ ਆਧਾਰ ਤੇ। ਕਿਹੜੇ ਆਧਾਰ ਤੇ? ਧਰਮ ਦੇ ਆਧਾਰ ਤੇ ਬੱਚੇ, ਸ਼ਾਬਾਸ਼। ਚਲੋ ਜੀ, ਟੈਟ ਬਜਰ ਅਕੈਡਮੀ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਜਿਹੜਾ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ, ਫੇਸਬੁੱਕ ਐਂਡ ਵਟਸਐਪ ਫ੍ਰੀ ਜਿਹੜਾ ਹੈ, ਫ੍ਰੀ ਗਰੁੱਪ ਦਾ ਹਿੱਸਾ ਬਣ ਸਕਦੇ ਹੋ। ਕਿਹੜੇ ਨੰਬਰ ਤੇ ਮੈਸੇਜ ਕਰੋਗੇ? 97 150 500 ਨੰਬਰ ਤੇ। ਓਕੇ, ਚਲੋ ਜੀ, ਕੁਐਸਚਨ ਨੰਬਰ
ਜਿੱਥੇ ਗੈਰ ਮੁਸਲਮਾਨਾਂ ਨੂੰ ਮੰਦਿਰ ਜਾਂ ਚਰਚ ਬਣਾਉਣ ਦੀ ਇਜਾਜ਼ਤ ਨਹੀਂ ਸੀ, ਉਹ ਦੇਸ਼ ਕਿਹੜਾ ਸੀਗਾ ਜਿੱਥੇ ਗੈਰ ਮੁਸਲਮਾਨ ਨਾ ਤਾਂ ਮੰਦਿਰ ਬਣਾ ਸਕਦਾ ਸੀ ਤੇ ਨਾ ਚਰਚ ਬਣਾ ਸਕਦਾ ਸੀਗਾ? ਆਪਾਂ ਪੜ੍ਹ ਰਹੇ ਹਾਂ ਸੈਕੂਲਰ ਧਰਮ ਨਿਰਪੱਖ ਦੇ ਬਾਰੇ। ਤਾਂ ਰਾਜੇ ਸਾਊਦੀ ਅਰਬ ਦੇ ਵਿੱਚ ਨਾ ਤੁਸੀਂ ਮੰਦਿਰ ਬਣਾ ਸਕਦੇ ਸੀ, ਨਾ ਤੁਸੀਂ ਚਰਚ ਬਣਾਉਣ ਦੀ ਇਜਾਜ਼ਤ ਸੀ। ਅਮਰੀਕੀ ਸਰਕਾਰੀ ਸਕੂਲਾਂ ਦੇ ਬੱਚੇ ਪਹਿਲੀ ਸੌਂ ਕੀ ਲੈਂਦੇ ਸੀਗੇ? ਜਦੋਂ ਅਮਰੀਕਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਾ ਜਾਂਦਾ ਨਾ ਤਾਂ ਉਹ ਇੱਕ ਓਥ ਲੈਂਦਾ ਹੈ। ਉਹ ਓਥ ਕਿਸ ਦੀ ਹੁੰਦੀ ਆ, ਉਹਦੇ ਬਾਰੇ ਆਨਸਰ ਕਰੋ ਰਾਜੇ। ਤਾਂ ਵੈਰੀ ਗੁੱਡ, ਸ਼ਾਬਾਸ਼, ਵਫਾਦਾਰੀ ਦੀ ਸਹੁੰ ਲੈਂਦੇ ਹੈ। ਕਾਹਦੀ ਸਹੁੰ ਲੈਂਦੇ ਹੈ? ਵਫਾਦਾਰੀ ਦੀ ਸਹੁੰ ਲੈਂਦੇ ਹੈ। ਵਫਾਦਾਰੀ ਦੀ ਸਹੁੰ ਚੁੱਕਣ ਸਮੇਂ ਸਹੁੰ ਵਿੱਚ ਕਿਸ ਵਾਕ ਦਾ ਵਿਰੋਧ ਕੀਤਾ ਜਾਂਦਾ ਹੈ? ਜਦੋਂ ਉਹ ਸਹੁੰ ਚੁੱਕਦੇ ਹੈ, ਵਫਾਦਾਰੀ ਦੀ ਸਹੁੰ ਚੁੱਕਦੇ ਹੈ, ਅਮਰੀਕਾ ਦੇ ਸਰਕਾਰੀ ਸਕੂਲਾਂ ਦੇ ਬੱਚੇ ਚੁੱਕਦੇ ਹੈ, ਸਹੁੰ ਚੁੱਕਣ ਵਿੱਚ ਕਿਸ ਵਾਕ, ਦੇਖੋ ਈਸ਼ਵਰ ਦੀ ਸਰਪ੍ਰਸਤੀ ਦਾ, ਕਿਸ ਵਾਕ ਦਾ ਵਿਰੋਧ ਕੀਤਾ ਗਿਆ? ਈਸ਼ਵਰ ਦੀ ਸਰਪ੍ਰਸਤੀ ਦਾ। ਕਿਸ ਦੇਸ਼ ਨੇ ਕਾਨੂੰਨ ਬਣਾਇਆ ਕਿ ਕੋਈ ਵੀ ਵਿਦਿਆਰਥੀ ਧਾਰਮਿਕ ਜਾਂ ਰਾਜਨੀਤਿਕ ਚਿੰਨ੍ਹ ਜਾਂ ਇਸਲਾਮੀ ਬੁਰਕਾ, ਯਹੂਦੀ ਟੋਪੀ ਜਾਂ ਵੱਡੀ ਕ੍ਰਾਸ ਵਰਗੇ ਚਿੰਨ੍ਹ ਪਹਿਣ ਕੇ ਸਕੂਲ ਨਹੀਂ ਆਏਗਾ? ਕਿਹੜਾ ਦੇਸ਼ ਸੀ ਰਾਜੇ ਜਿਹਨੇ ਕਾਨੂੰਨ ਬਣਾਇਆ ਵੀ ਕੋਈ ਵੀ ਜਿਹੜਾ ਨਾਗਰਿਕ ਹੈ, ਕੋਈ ਵੀ ਵਿਦਿਆਰਥੀ ਧਾਰਮਿਕ ਜਾਂ ਰਾਜਨੀਤਿਕ ਚਿੰਨ੍ਹ ਜਾਂ ਇਜਲਾਸੀ ਇਸਲਾਮੀ ਬੁਰਕਾ, ਯਹੂਦੀ ਟੋਪੀ ਜਾਂ ਵੱਡੀ ਈਸਾਈ ਕ੍ਰਾਸ ਵਰਗੇ ਚਿੰਨ੍ਹ ਪਹਿਣ ਕੇ ਸਕੂਲ ਨਹੀਂ ਆ ਸਕਦਾ? ਇਹ ਕਿਹੜਾ ਦੇਸ਼ ਸੀ ਰਾਜੇ? ਮਾਸਟਰ ਆਪਣੇ ਸੋਰੀ ਪੀਐਸ ਟੈਟ 2020 ਵਾਲੇ ਦੇ ਵਿੱਚ ਜਿਹੜਾ 19 ਜਨਵਰੀ ਨੂੰ ਹੋਇਆ, ਇਹ ਕੁਐਸਚਨ ਪੁੱਛਿਆ ਗਿਆ ਰਾਜੇ। ਜਿਹੜਾ 2018 ਦਾ ਟੈਟ ਸੀ ਉਹ 20 'ਚ ਹੋਇਆ ਸੀਗਾ। ਇਹ ਤੁਸੀਂ ਚੈੱਕ ਕਰ ਲਿਓ, ਭਾਵੇਂ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਰਾਜੇ, ਕਿ ਇਹਨਾਂ ਨੇ ਕੀ ਕਿਹਾ ਸੀਗਾ ਕਿ ਸਕੂਲਾਂ ਦੇ ਵਿੱਚ ਤੁਸੀਂ ਨਾ ਤਾਂ ਯਹੂਦੀ ਟੋਪੀ, ਨਾ ਵੱਡੀ ਈਸਾਈ ਕ੍ਰਾਸ, ਨਾ ਇਸਲਾਮੀ ਬੁਰਕਾ ਚਿੰਨ੍ਹਾਂ ਦਾ ਤੁਸੀਂ ਪ੍ਰਯੋਗ ਨਹੀਂ ਕਰ ਸਕਦੇ। ਓਕੇ ਜੀ।